ਜੀ ਹੁਣ ਇੱਕ ਇੱਧਰੋਂ 85 ਲਾਉਣਗੇ, ਇੱਕ ਪਾਸੇ ਇਹਨੂੰ ਲਾਉਣਗੇ, ਲਾ ਕੇ ਫਿਰ ਚੱਕ ਕੇ ਦੇਖਦੇ ਆ ਜੀ। ਇਹਨੇ ਇਕੱਲੇ ਨੇ ਤਾਂ ਫਿਲਹਾਲ ਨਹੀਂ ਚੱਕਿਆ। ਲੋ ਵੀ ਮਿੱਤਰੋ, ਇਹ ਟਰਾਲੀ ਡਿੱਗ ਪਈ ਸੀਗੀ ਜੀ ਅਤੇ ਇਹਨੂੰ ਚੱਕਣ ਲੱਗੇ ਆ ਜੀ ਹੁਣ 75/460। ਜਿੱਦਾਂ ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਕਿ 460 ਕੋਲ ਨਹੀਂ ਚੱਕ ਹੋਈ, ਅਤੇ ਹੁਣ 75 ਅਤੇ 460 ਰਲ ਕੇ ਇੱਥੇ ਦੇ ਨੂੰ ਆਪਣਾ ਇੱਕ ਸਾਡਾ ਦੇਸੀ ਜੁਗਾੜ ਆ ਜੀ ਇੱਥੇ ਦਾ, ਉਸ ਹਿਸਾਬ ਨਾਲ ਚੱਕਣਗੇ ਦੋਵਾਂ ਦੀਆਂ ਫੱਟੀਆਂ ਪਾ ਕੇ ਅਤੇ ਵਿੱਚ ਪਾਉਣਗੇ ਟੋਚਨ ਪਾ ਕੇ ਅਤੇ ਇਹਦੇ ਵਿੱਚ ਪਾਉਣਗੇ ਕੇਲੋ ਜਿੱਦਾਂ ਪਾਇਆ ਵਾ, ਅਤੇ ਸਾਈਡਾਂ ਤੋਂ ਲਾ ਕੇ ਚੱਕਣਗੇ ਜੀ ਇਹਨੂੰ, ਦੇਖੀਏ ਕੀ ਸ਼ੁਗਲ ਬਣਦਾ ਹੋਵੇ। ਲੋ ਜੀ ਟੋਚਨ ਪੈ ਗਿਆ, ਕਿੱਲ ਤੋਂ ਪਰੇ ਦੀ ਕਰ ਦਿਓ, ਕਿੱਲ ਤੋਂ ਪਰੇ ਦੀ ਉਰੇ ਨਾ ਆ ਜਾਵੇ। ਲਓ ਜੀ ਟੋਚਨ ਸ਼ੋਚਨ ਲੈ ਪਾ ਇਹਨਾਂ ਨੇ, ਫਿਰ ਹੁਣ ਦੋਵਾਂ ਹਡਾਲਕਾਂ ਨਾਲ ਚੱਕਣਗੇ ਉੱਤੇ, ਦੇਖਦੇ ਹਾਂ ਜੀ ਚੱਕ ਹੁੰਦੀ ਆ ਕਿ ਨਹੀਂ। ਮੈਂ ਥੋੜ੍ਹਾ ਜਿਹਾ ਪਿੱਛੇ ਆ ਗਿਆ ਕਿਉਂਕਿ ਇਹ ਕੰਮ ਹੁੰਦਾ ਰਿਸਕੀ ਥੋੜ੍ਹਾ ਜਿਹਾ, ਫਿਲਹਾਲ ਤਾਂ ਹਿੱਲੀ ਆ ਜੀ ਟਰਾਲੀ। ਲਓ ਜੀ ਚੱਕੀ ਗਈ ਆ ਮੇਰਾ ਖਿਆਲ ਆ, ਲਓ ਜੀ ਇਹ ਦੇਖ ਲਓ ਚੱਕੀ ਗਈ ਆ, ਰੋਡ ਕੱਢ ਲਏ ਗੁਟਕਾ ਥੱਲੇ। ਹੋਰ ਚੱਕ ਗੁਟਕੇ ਵਾਲੇ ਜਵਾਨੇ ਦੇਰ ਕਰਦੀ ਆ ਜੀ। ਦੇਖੀਏ ਖੜਾਉਂਦੀ ਆ ਕਿ ਬਹਿ ਜਾਂਦੀ ਆ, ਲਓ ਜੀ ਰੁਕ ਗਈ ਆ।